कोटकपुरा में दो औरतें और एक लड़के को नशे समेत पुलिस ने किया काबू। अभी भी चल रहा है नशे का दरिया पंजाब में, नशा पंजाब में घटने का नहीं ले रहा नाम। आए दिन पकड़े जा रहे हैं नशा करने वाले और नहीं ख़त्म हो रहा नशा। ਬਿਲਕੁਲ ਅਸੀਂ ਕਾਫੀ ਸਾਨੂੰ ਸੀਨੀਅਰ ਆਫਿਸਰਸ ਵੱਲੋਂ ਇੰਸਟਰਕਸ਼ਨਸ ਮਿਲਦੀਆਂ ਸੀਗੀਆਂ ਵੀ ਨਸ਼ੇ ਦੇ ਉੱਤੇ ਨਕੇਲ ਕੱਸੀ ਜਾਵੇ ਅਤੇ ਕੋਟਪੁਰਾ ਪੁਲਿਸ ਜਿਹੜੀ ਹੈਗੀ ਆ ਥਾਣਾ ਸਿਟੀ ਪੁਲਿਸ ਅਤੇ ਥਾਣਾ ਸਦਰ ਪੁਲਿਸ ਨੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਕਾਮਯਾਬੀ ਹਾਸਲ ਹੋਈ ਹੈ ਅਤੇ ਅਸੀਂ ਦੋ ਕਾਫੀ ਵਧੀਆ ਰਿਕਵਰੀਜ਼ ਕਰਨ ਦੇ ਵਿੱਚ ਸਾਡੀ ਕਾਮਯਾਬੀ ਹੋਈ ਹੈ। ਸਿਟੀ ਪੁਲਿਸ ਸਟੇਸ਼ਨ ਵੱਲੋਂ 93 ਨੰਬਰ FIR ਦਰਜ ਕੀਤੀ ਗਈ ਹੈ ਜਿਹਦੇ ਵਿੱਚ ਸਾਨੂੰ 35 ਗ੍ਰਾਮ ਹੈਰੋਇਨ ਅਤੇ 290 ਗੋਲੀਆਂ ਜਿਹੜੀਆਂ ਨਸ਼ੀਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ। ਇਹਦੇ ਵਿੱਚ ਤਿੰਨ ਦੋਸ਼ੀ ਨੇ ਜਿਨ੍ਹਾਂ ਦੇ ਵਿੱਚੋਂ ਰਿੰਕੀ ਵੰਦਨਾ ਨਾਮ ਦੀਆਂ ਦੋ ਲੇਡੀਜ਼ ਨੇ ਅਤੇ ਇੱਕ ਵਿਸ਼ਾਲ ਨਾਮ ਦਾ ਮੁੰਡਾ ਹੈ ਅਤੇ ਇਹਨਾਂ ਦਾ ਰਿਕਾਰਡ ਪਹਿਲਾਂ ਵੀ ਬਹੁਤ ਮਾੜਾ ਰਿਹਾ ਹੈਗਾ ਅਤੇ ਛੱਜਾਂ ਵਾਲੇ ਮੁਹੱਲਿਆਂ ਦੇ ਵਿੱਚ ਇਹ ਰਹਿੰਦੇ ਨੇ, ਉਹਨਾਂ ਦੇ ਵਾਸੀ ਨੇ ਅਤੇ ਕਾਫੀ ਕੰਪਲੇਂਟਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਵੀ ਛੱਜਾਂ ਦੇ ਮੁਹੱਲਿਆਂ 'ਚ ਨਸ਼ੇ ਦੀ ਵਿਕਰੀ ਬਹੁਤ ਚੱਲਦੀ ਪਈ ਹੈ ਅਤੇ ਜਿਹਦੇ ਚੱਲਦਿਆਂ ਪੁਲਿਸ ਵੱਲੋਂ ਟਰੈਪ ਲਗਾ ਕੇ ਇਨਫੋਰਮੇਸ਼ਨ ਦੇ ਤਹਿਤ ਅਸੀਂ ਇਹ ਬੰਦਿਆਂ ਤੋਂ ਇੰਨੀ ਹੈਵੀ ਰਿਕਵਰੀ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਇਸੇ ਤਰ੍ਹਾਂ ਸਾਡੇ ਕੋਲ ਮੁਕੱਦਮਾ ਨੰਬਰ 51 ਥਾਣਾ ਸਦਰ ਕੋਟਪੁਰਾ ਦੇ ਵਿੱਚ ਦਰਜ ਕੀਤਾ ਗਿਆ ਅਤੇ ਉਹਦੇ ਵਿੱਚ ਵੀ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਪਾਸੋਂ 250 ਗੋਲੀਆਂ ਜਿਹੜੀਆਂ ਨਸ਼ੀਲੀਆਂ ਉਹ ਬਰਾਮਦ ਹੋਈਆਂ ਨੇ ਅਤੇ ਮੁਕੱਦਮਾ ਸੈਕਸ਼ਨ 22 PNDPS ਦੇ ਤਹਿਤ ਅਸੀਂ ਦਰਜ ਕਰਕੇ ਹੁਣ ਤਫਤੀਸ਼ ਅਮਲ 'ਚ ਲਿਆ ਰਹੇ ਹਾਂ ਅਤੇ ਇਹਨਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਅਸੀਂ ਸਟੱਡੀ ਕਰਦੇ ਪਏ ਹਾਂ ਅਤੇ ਜਿਉਂ ਜਿਉਂ ਤਫਤੀਸ਼ ਅੱਗੇ ਵਧੂਗੀ ਤਾਂ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।